ਬੜਾ ਅਫਸੋਸਨਾਕ ਵਾਕਿਆ ਵੱਡਿਓ ਜੀ, ਤੁਹਾਡੇ ਬੇਟੇ ਨੂੰ ਕਤਲ ਕਰ ਦਿੱਤਾ ਗਿਆ। ਕੀ ਵਜ੍ਹਾ ਸੀ, ਕਿਉਂ ਕਤਲ ਕੀਤਾ ਗਿਆ? ਕੋਈ ਵਜ੍ਹਾ ਨਹੀਂ ਜੀ, ਕੋਈ ਦੁਸ਼ਮਣੀ ਨਹੀਂ ਜੀ। ਸਕੇ ਤਾਏ ਦਾ ਪੁੱਤਰ ਨੇ ਜੀ, ਕਿਹਦੇ ਪੁੱਤਰ ਨੇ ਉਹ? ਤੁਹਾਡੇ ਸਕੇ ਤਾਏ ਦਾ? ਮੇਰੇ ਸਕੇ ਤਾਏ ਦਾ ਪੁੱਤਰ ਹੈ ਜੀ। ਕਿਹਦੇ ਪੁੱਤਰ ਨੇ ਉਹ? ਇਹਨਾਂ ਤਰ੍ਹਾਂ ਜਿਹੜਾ ਮੁੰਡਾ ਹੈ ਜੀ, ਉਹਨੇ ਫੋਨ 'ਤੇ ਜੀ ਸੱਦ ਕੇ ਲਿਆਂਦਾ ਬੱਚਾ। ਸ਼ਾਮ 6 ਵਜੇ ਜੀ ਰੋਟੀ ਅੱਧੀ ਖਾਧੀ ਅਤੇ ਖਾਧੀ ਕੋਈ ਨਾ, ਮੈਂ ਫੋਨ ਸੁਣ ਕੇ ਮੁੰਡਾ ਸ਼ਾਮ 6 ਵਜੇ ਜੀ ਗਿਆ, ਵਾਪਸ ਨਹੀਂ ਆਇਆ। ਜੁੰਮੇ ਵਾਲੇ ਦਿਨ ਜੀ ਲੱਭਦੇ ਫਿਰੇ ਮਾਇਆ, ਅਤੇ ਸ਼ਾਇਦ ਮੇਰਾ ਵੱਡਾ ਬੇਟਾ ਲੱਭਦੇ ਫਿਰੇ ਕੋਈ ਨਾ ਲੱਭਾ ਜੀ। ਗੁਆਂਢੀ ਹਮਸਾਏ ਨੇ ਪਾਣੀ ਲਾਇਆ ਹੋਇਆ ਸੀ, ਉਹ ਕਿਤੇ ਕਣਕ ਨੂੰ ਪਾਣੀ ਲਾਇਆ ਜੀ, ਉਹ ਵੇਖਣ ਗਿਆ ਅੱਗੇ ਉਹ ਲਾਸ਼ ਪਈ। ਉਹਨੇ ਪੁਲਿਸ ਵਾਲਿਆਂ ਨੂੰ ਕਾਲ ਕੀਤੀ, ਇਹ ਵੀ ਗਏ ਕਿਸੇ ਅਤੇ ਅਸੀਂ ਵੀ ਭੱਜ ਕੇ ਡੇਰੇ ਤੋਂ ਆਏ। ਪੁਲਿਸ ਵਾਲੇ ਦੀ ਆ ਗਈ, ਪਿੰਡ ਦੇ ਲੋਕ ਵੀ ਨੱਸੇ ਜਾਂਦੇ ਕਿਸੇ ਉੱਥੇ ਗਏ ਤਾਂ ਸਾਡਾ ਬੱਚਾ ਜੀ ਮਰਿਆ। ਸ਼ਨਾਖਤ ਹੋ ਰਹੀ ਸੀ ਬੱਚੇ ਦੀ? ਸ਼ਨਾਖਤ ਜੀ ਹੋ ਰਹੀ ਸੀ, ਇੱਕ ਪਾਸਾ ਕੋਈ ਨਹੀਂ ਸੀ ਜੀ, ਗੁਆੜੀਆਂ ਨੇ ਇੱਕ ਪਾਸਾ ਹੀ ਨਹੀਂ ਸੀ, ਇੱਕ ਪਾਸਾ ਜੀ ਕੋਈ ਨਹੀਂ। ਕੱਪੜੇ ਵੀ ਉਹ ਜੀ, ਜੁੱਤੀ ਵੀ ਉਹ ਜੀ, ਜਿੱਦਾਂ ਪਾਸਾ ਤੋਂ ਦਿਸਦਾ ਪਿਆ, ਪਾਸਾ ਸਾਰਾ ਗੁਆੜੀਆਂ ਮਾਰ ਮਾਰ ਕੇ ਸਾਰਾ ਲਾ। ਤੇ ਉਦੋਂ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਕਿੰਨੇ ਮਾਰੇ ਆ? ਉਦੋਂ ਨਹੀਂ ਪਤਾ ਜੀ, ਉਦੋਂ ਕੋਈ ਪਤਾ ਨਹੀਂ। ਅੱਛਾ, ਕਿਹੜੇ ਦਿਨ ਜੀ ਬੱਚਾ ਫੜੀਤਾ ਹੈ ਨਾ, ਇਹ ਇੱਕ ਚੋਰ ਸਾਹਿਬ ਥਾਣੇਦਾਰ ਨੇ ਆਖਿਆ ਵੀ ਮੇਰਾ ਇਹ ਚੋਰ ਹੈ। ਮੈਂ ਆਖਿਆ ਵੀ ਮੇਰਾ ਚੋਰ ਨਹੀਂ ਹੈ। ਅੱਛਾ, ਤੁਹਾਨੂੰ ਤੇ ਮੇਰੇ ਯਕੀਨ ਨਹੀਂ ਸੀ? ਮੈਨੂੰ ਯਕੀਨ ਨਹੀਂ ਸੀ, ਮੇਰੇ ਤਾਏ ਦਾ ਮੁੰਡਾ ਇਹਨੇ ਨਾ ਮੇਰਾ ਕਤਲ ਕਰ ਦਿੱਤਾ। ਇਹਨੇ ਆਖਿਆ ਇਹ ਚੋਰ ਹੈਗਾ, ਮੈਂ ਕਿਹਾ ਸਾਡਾ ਚੋਰ ਨਹੀਂ ਹੈ। ਜੇ ਤੇਰਾ, ਮੈਂ ਥਾਣੇਦਾਰ ਨੂੰ ਆਖਿਆ ਤੇਰਾ ਚੋਰ ਹੈ ਤਾਂ ਮੈਂ ਇਹਨੂੰ ਮਾਫ਼ ਕੀਤਾ। ਥਾਣੇਦਾਰ ਨੇ ਆਖਿਆ ਤੂੰ ਮਾਫ਼ ਕਰਨਾ ਤਾਂ ਸ਼ੇਖੂਪੁਰੇ ਕਰਨਾ, ਮੈਂ ਮੇਰਾ ਚੋਰ ਹੈ। ਰਾਤ ਨੂੰ ਜਾ ਕੇ ਜੀ ਮੇਰੇ ਸਾਰੇ ਰਿਸ਼ਤੇਦਾਰ ਉਹਨੇ ਇਹਨੇ ਫੜਾ ਲਏ। ਅੱਛਾ, ਅਸੀਂ ਸ਼ਾਮ ਜੀ ਘਰ ਵੱਗ ਗਏ। ਮੁੜ ਜੀ ਕਿਹੜਾ ਉਹਦੇ ਤਾਏ ਦਾ ਮੁੰਡਾ ਪੁਲਿਸ ਵਿੱਚ ਹੈਗਾ ਹੈ, ਇਸ ਮਾਰਾ ਨਾਲੇ ਦਾ ਮੁਲਜ਼ਮ ਦਾ ਮੁਰਜ਼ਮ ਦਾ ਉਹਨੇ ਮੈਨੂੰ ਆਖਿਆ ਵੀ ਚਾਚਾ ਸਾਡੇ ਨਾਲ ਗਲਤੀ ਥਾਣੇਦਾਰ ਕਰਦਾ ਪਿਆ, ਇਹ ਸਾਡਾ ਚੋਰ ਡੇਟਾ ਗਲਤ ਕੱਢਿਆ ਤੋਂ ਸਹੀ। ਮੈਂ ਕਿਹਾ ਹੁਣ ਕੀ ਇਲਾਜ ਹੋ ਸਕਦਾ ਬਾਹਰ ਜਾ ਕੇ? ਮੇਰੇ ਕੋਲ ਜੀ ਉਹਨੇ 10,000 ਰੁਪਈਆ ਲਿਆ, ਇਸਲਾਮਾਬਾਦ ਤੋਂ ਰਾਤੀ ਉਹਨਾਂ ਫਿਰ ਡੇਟਾ ਕਢਾਇਆ, ਫਿਰ ਡੇਟਾ ਹੁੰਦੇ ਹੀ ਆਇਆ। ਕਿਸ ਵਕਤ ਜੀ 12 ਵੱਜ ਕੇ 20 ਮਿੰਟਾਂ 'ਤੇ ਥਾਣੇਦਾਰ ਨੇ ਜਾ ਕੇ ਡਾਬਾ ਵਾਲੇ ਫੜੇ। ਉਸ ਜੀ ਮੈਨੂੰ ਫੋਨ ਉਹਨਾਂ ਡਾਬਾ ਵਾਲਿਆਂ ਕੀਤਾ ਵੀ ਸਾਨੂੰ ਕਾਹਦੇ ਲਈ ਫੜਾ ਦਿੱਤੇ? ਮੈਂ ਯਾਰ ਮੈਂ ਤਾਂ ਫੜਾਇਆ ਕੋਈ ਨਹੀਂ, ਮੈਂ ਤਾਂ ਘਰ ਪਿਆ ਆਇਆ। ਮੈਂ ਸਾਹਿਬ ਨੂੰ 2-3 ਫੋਨ ਥਾਣੇਦਾਰ ਨੂੰ ਕੀਤਾ, ਫੋਨ ਨੇ ਟਨ ਨਾ ਕੀਤਾ। ਮੈਂ ਮੁੜ ਕਿੰਨੇ ਡੇਟਾ ਕਿਹਦੇ ਕੋਲ ਆਉਣਾ ਸੀ ਉਹਨੂੰ ਫੋਨ ਕੀਤਾ ਵੀ ਜਦ ਤੂੰ ਡੇਟਾ ਉਹਨਾਂ 10 ਆ ਜਾਣਾ, ਹੁਣ 12 ਉਸ ਕਿਹਾ ਚਾਚਾ ਡੇਟਾ ਆ ਗਿਆ, ਇਹ ਸਾਡੇ ਚੋਰ ਨੇ। ਕੁਛ ਮੈਨੂੰ ਯਕੀਨ ਵੱਜਿਆ ਵੀ ਇਹ ਚੋਰ ਹੈ, ਕਿਉਂ ਜੋ ਤਾਏ ਦਾ ਮੁੰਡਾ ਜੋ ਪਿਆਂਦਾ ਵੀ ਇਹ ਚੋਰ ਹੈ। ਤੇ ਕਿਉਂ ਮਾਰਤਾ ਤੁਹਾਡੇ? ਬੇਵਜ੍ਹਾ ਜੀ, ਤੇ ਕੋਈ ਗੁਨਾਹ ਨਹੀਂ ਜੀ, ਬੇਵਜ੍ਹਾ ਮਾਰ ਦਿੱਤਾ ਇਹਨੇ ਬੱਚਾ। ਕੋਈ ਤੇ ਬਣਾਈ ਹੋਏਗੀ ਵਜ੍ਹਾ ਉਹਨਾਂ ਨੇ, ਕੀ ਕਰਨਾ ਚਾਹੁੰਦੇ? ਕੋਈ ਆਉਂਦੇ ਨੇ ਜੀ, ਸਾਡੀ ਜਨਾਨੀਆਂ ਨਾਲ ਬੜਾ ਜੋ ਜਨਾਨੀ ਬਹਿਣ ਜੀ ਹੁੰਦੀ ਕਿਹੜੀ ਹੈ, ਬਿਲਕੁਲ ਕਮਲੀ ਹੈਗੀ, ਬਿਲਕੁਲ ਹੀ ਕਮਲੀ। ਤੇ ਕਿੰਨੇ ਕਿੰਨੇ ਮਾਰੇ ਆ ਇਹਨਾਂ ਜੀ? ਦੋਹਾਂ ਵਿਆਹਾਂ 'ਤੇ ਇਹਨਾਂ ਦੇ ਪਿਓ ਮਾਰਿਆ, ਮਿਲ ਕੇ ਮਾਰੇ, ਮਿਲ ਕੇ ਮਾਰਿਆ। ਪਿਓ ਇਸਤਰੀਆਂ ਲਾਉਂਦਾ ਰਿਹਾ ਜੀ, ਥਾਣੇਦਾਰ ਤੋਂ ਪੁੱਛ ਲਓ ਹਰ ਥਾਂ 'ਤੇ ਜੀ ਇਸਤਰੀਆਂ ਦੇ ਵਗ ਪਏ, ਮਾਰ ਕੇ ਇਸਤਰੀਆਂ ਨੂੰ ਲੈ ਗਏ ਨੇ। ਗੁਆੜੀਆਂ ਕਿਹੜੀਆਂ ਨੇ ਉੱਥੇ ਜਾ ਕੇ ਕਿਤੇ ਸੱਟਿਆ ਇਹਨੇ, ਉੱਥੇ ਜਾ ਕੇ ਮਾਰੀਆਂ ਇਹਨੇ, ਆ ਕਿਹੜੀਆਂ ਦਾੜਾਂ ਸੀ, ਆ ਕਿਹੜੀਆਂ ਚਬਾੜੀ ਜੀ ਦਾੜਾਂ ਦੂੜਾਂ ਕਿਹੜੀਆਂ, ਇੱਕ ਇੱਕ ਦਾੜ ਉੱਥੋਂ ਸਾਨੂੰ ਜੀ ਕਣਕ ਵੀ ਲੱਭੀ। ਕੋਈ ਪਿੰਡ 'ਚੋਂ ਆਖੇ ਜਾ ਵੀ ਇਹਨਾਂ ਦਾ ਗੁਨਾਹ ਲਾਗਤ ਬਾਜੀ ਆਈ, ਮੈਂ ਬੱਚਾ ਵੀ ਮਾਫ਼ ਕੀਤਾ। ਸ਼ਾਦੀ ਵੀ ਹੋਈ ਸੀ ਬੱਚੇ ਦੀ? ਨਾ ਜੀ, ਇੱਕ 5 ਨੂੰ ਦੀ ਮੰਗਣੀ ਕੀਤੀ, ਨਿਕਾਹ ਕੀਤਾ ਜੀ ਉਹਨਾਂ ਨੇ, 2-5 ਨੂੰ ਜੀ ਲਾਸ਼ ਮਿਲ ਗਈ, ਪੂਰੇ 1 ਬਾਅਦ। ਪੂਰੇ ਪਹਿਲੇ ਦਿਨ ਜੀ ਉਹਨੇ ਮੈਂ ਵਧਾਈ ਗਵਾਹ ਪਾਇਆ ਸੀ ਮੌਕੇ। ਅੱਛਾ, ਮੌਕੇ 'ਤੇ ਗਵਾਹ ਰੱਖਿਆ ਸੀ? ਹਾਂਜੀ, ਮੇਰੇ ਤਾਏ ਦਾ ਪੁੱਤਰ ਸੀ ਜੀ, ਕਿਹਨੂੰ ਗਵਾਹ ਪਾਉਣਾ, ਮੈਨੂੰ ਕੀ ਪਤਾ ਸੀ ਵੀ ਮੇਰਾ ਇੰਨਾ ਮਾਰਿਆ ਹੈ? ਆਪਣਿਆਂ ਨੇ ਹੀ ਮਾਰਤਾ? ਆਪਣਿਆਂ ਨੇ ਜੀ ਮਾਰ, ਆਪਣੇ ਖੂਨ ਨੇ ਖਾ ਗਿਆ ਮੇਰਾ ਬੱਚਾ ਜੀ, 10th ਪੜ੍ਹਦਾ ਸੀ ਜੀ। ਅੱਲਾਹ ਪਾਕ ਤੁਹਾਨੂੰ ਸਬਰ ਦੇਵੇ ਜੀ, ਬੜਾ ਅਫਸੋਸਨਾਕ ਵਾਕਿਆ। ਮਾਂ ਜੀ ਬੜਾ ਅਫਸੋਸ ਹੋਇਆ, ਅੱਲਾਹ ਪਾਕ ਤੁਹਾਨੂੰ ਸਬਰ ਦੇਵੇ ਜੀ। ਸਾਡੀ ਕੋਈ ਦੁਸ਼ਮਣੀ ਨਹੀਂ, ਸਾਡੀ ਦਾਦੇ ਪਿਓ ਦੀ ਕੋਈ ਨਹੀਂ ਦੁਸ਼ਮਣੀ, ਬੱਚਾ ਬੇਦੋਸਾ ਬੇਗੁਨਾਹ ਸਾਰਾ। ਪਹਿਲੇ ਬਾਈ ਸੀ, ਫਿਰ ਲਿਜਾ ਕੇ ਫੋਨ 'ਤੇ ਸੱਦਿਆ ਇਹਨੇ ਅਤੇ ਲੈ ਗਏ ਨੇ, ਅਤੇ ਜਾ ਕੇ 1/2 ਫੋਨ ਕੀਤਾ ਅਤੇ ਫੋਨ ਬੰਦ ਹੋ ਗਿਆ। ਇਹਨਾਂ ਮੇਰਾ ਬੱਚਾ ਮਾਰ ਦਿੱਤਾ।
कोई गुनाह कोई नहीं मेरे बच्चे दे, कोई बेदोसा बेगुनाह मेरा कोई इन्हें मार दिता। किन्ने बच्चे मां जी तेरे? मेरे बच्चे पांच से पंजवा इन्हें मार दिता। बच्चा मेरा सिने फोसी ते पैर नहीं सीधा, एडा बच्चा मेरा लेके सारी दुनिया गाई दे रही है, सारी दुनिया गाई दे रही, गलियां दे कख भी रोंदे पे। बच्चा बेड़ा बहुत मेरा नेक, इन्हें मार के तेने क्यों मारिया, केड़ी वजह तो पता नहीं मारिया इन्हें, सानू कोई पता नहीं केड़ी वजह तो मारिया। की चाहते हो की होना चाहिए मुलजमाना? इन्हों सजा मौत हो जाए, ये फाए लग जावे, चने तिने पोत नाल मां भी इन्ना भी मेरा बच्चा बेगू। बड़ा अफसोस होया वड्डे तुहाडे भतीजे नूं जिन कतल कर दिता गया, की लगदा तन की वजह हो सकदी है? क्यों मारिया? मेरा भतीजा सी जी। हाँ जी, असीं पंज तिन भाई दे घर बैठे सी जी, लभण वास्ते फोन सुन ते रिश्तेदारां नूं ਯਾਰਾਂ ਦੋਸਤਾਂ ਨੂੰ ਫੋਨ ਤੋਂ ਰਾਬਤੇ ਵਿੱਚ ਸੀ। ਇੱਕ ਵਾਰੀ ਪਤਾ ਲੱਗਾ ਕਿ ਪਿੰਡ ਦੀ ਪੁਲਿਸ ਅਤੇ ਪਿੰਡ ਦੇ ਲੋਕ ਇਧਰ ਖੇਤਾਂ ਨੂੰ ਆ ਰਹੇ, ਅਸੀਂ ਵੀ ਨਾਲ ਆ ਗਏ ਜੀ। ਇਹ ਕਾਂਦੇ ਵੀ ਸਾਡੇ ਨਾਲ ਰਸਤੇ ਵਿੱਚ ਆ ਗਿਆ, ਉੱਥੇ ਜਨਾਬ ਜੀ ਅਸੀਂ ਗਏ ਹਾਂ ਠੱਗੂ। ਉਹ ਮੇਰੇ ਭਤੀਜੇ ਦੀ ਲਾਸ਼ ਸੀ, ਤੁਹਾਡੇ ਭਤੀਜੇ ਦੀ ਸੀ, ਤੁਸੀਂ ਗਏ ਮੌਕੇ ਤੇ? ਜੀ ਹਾਂ। ਓਹੋ, ਤੇ ਕੀ ਹਾਲਤ ਹੋਈ ਸੀ? ਬੜਾ ਬੇਦਰਦੀ ਦੇ ਨਾਲ ਜੀ, ਬੜਾ ਬੇਦਰਦੀ ਨਾਲ ਮਾਰਿਆ ਸੀ ਜੀ, ਗੁਆੜੀਆਂ ਨਾਲ ਮਾਰਿਆ ਸੀ, ਇਸਤਰੀ ਦੇ ਨਿਸ਼ਾਨ, ਬੱਤੀ ਦੇ ਨਿਸ਼ਾਨ, ਡੰਡਿਆਂ ਦੇ ਜੀ, ਇੱਟਾਂ ਦੇ ਨਿਸ਼ਾਨ ਲੱਗੇ ਸਨ ਸਾਰੇ ਜਿਸਮ ਦੇ। ਓਹੋ, ਬਹੁਤ ਜ਼ਿਆਦਾ ਤੋਂ ਜ਼ਿਆਦਾ ਜ਼ੁਲਮ ਕੀਤਾ ਸੀ ਬੱਚੇ ਦੀ, ਰੱਸੀਆਂ ਨਾਲ ਪੈਰ ਵੀ ਬੰਨੇ ਸਨ, ਹੱਥ ਵੀ ਬੰਨੇ ਸਨ ਜੀ, ਮੂੰਹ ਵੀ ਬੱਧਿਆ ਸੀ, ਬੜਾ ਬਹੁਤ ਜ਼ਿਆਦਾ ਜ਼ੁਲਮ ਕੀਤਾ। ਅਤੇ ਤੁਹਾਨੂੰ ਅੰਦਾਜ਼ਾ ਵੀ ਸੀ ਕਿ ਤੁਹਾਡੇ ਆਪਣੇ ਹੀ ਰਿਸ਼ਤੇਦਾਰ ਹੋਣਗੇ ਜਿਨ੍ਹਾਂ ਨੇ ਕਤਲ ਕੀਤਾ ਹੋਏਗਾ ਉਸ ਟਾਈਮ? ਉਸ ਟਾਈਮ ਵੀ ਸਾਨੂੰ ਰਿਸ਼ਤੇ 'ਤੇ ਕਿਸੇ 'ਤੇ ਵੀ ਸ਼ੱਕ ਨਹੀਂ ਸੀ, ਇਹ ਸਾਡੀ ਕਿਸੇ ਨਾਲ ਦਾਅਵਤ ਹੀ ਨਹੀਂ ਹੈ। ਤੁਸੀਂ ਸਾਡੇ ਪਿੰਡਾਂ 'ਚ ਤਸਦੀਕ ਕਰ ਸਕਦੇ ਹੋ ਜਾ ਕੇ, ਕਿਸੇ ਨਾਲ ਵੀ ਲੈਣ ਦੇਣੇ ਅਸੀਂ ਚੱਕਰ ਕੋਈ ਨਹੀਂ ਹੈ। ਇਹਨਾਂ ਨੂੰ ਜੀ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਮਿਲਣੀ ਚਾਹੀਦੀ ਹੈ। ਸਹੀ, ਸਾਡੀ ਹਕੂਮਤ ਅੱਗੇ ਅਪੀਲ ਹੈ, ਮਿਹਰਬਾਨੀ ਕਰਕੇ ਸਾਨੂੰ ਸਾਥ ਮਿਲਣਾ ਚਾਹੀਦਾ। ਬੜਾ ਅਫਸੋਸਨਾਕ ਵਾਕਿਆ ਮਾਂ ਜੀ, ਉਂਝ ਤਾਂ ਦਮਾਦ ਹੋਇਆ ਤੁਹਾਡਾ, ਸ਼ਾਦੀ ਹੋਈ ਸੀ, ਨਿਕਾਹ ਹੋਇਆ ਸੀ ਬੇਟੀ ਦੇ ਨਾਲ, ਰਿਸ਼ਤੇਦਾਰ ਵੀ ਜੀ, ਮਤਲਬ ਰਿਸ਼ਤੇਦਾਰੀ ਵੀ ਹੈਗੀ ਹੈ ਜੀ, ਕੀ ਲੱਗਦੇ ਸੀ ਤੁਸੀਂ ਉਂਝ ਬੱਚੇ? ਇਹ ਮੇਰੇ ਜਿਹੜਾ ਬੰਦਾ ਹੁੰਦਾ ਮਾਮੂ ਜੀ। ਅੱਛਾ, ਮਾਮੂ। ਹਾਂਜੀ, ਜਿਹੜੀ ਮੇਰੀ ਸੱਸ ਹੈ ਨਾ, ਉਹਦੀ ਸੱਕੀ ਫੁੱਫੀ ਦਾ ਪੁੱਤਰ ਹੈ ਜਿਹੜਾ ਮੇਰਾ ਕੁੜਾ। ਤੇ ਐਡਾ ਵੱਡਾ ਜ਼ੁਲਮ ਹੋ ਗਿਆ, ਕੀ ਕਹੋਗੇ ਤੁਸੀਂ, ਕੀ ਕਹਿਣਾ ਚਾਹੋਗੇ? ਅਸੀਂ ਭਾਈ ਕੀ ਕਹਿਣਾ ਚਾਹੁੰਦੇ ਹਾਂ, ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਜੋ ਸਜ਼ਾ ਇਹਨਾਂ ਸਾਡੇ ਬੱਚੇ ਨੇ ਦਿੱਤੀ, ਇਹਨਾਂ ਨੂੰ ਵੀ ਇਵੇਂ ਹੀ ਸਜ਼ਾ ਮਿਲੇ, ਇਹ ਛੁੱਟ ਕੇ ਨਾ ਜਾਣ, ਸਾਡੀ ਤਾਂ ਤੁਹਾਡੇ ਅੱਗੇ ਹੀ ਹੈ ਰਾਜੇ, ਸਾਡਾ ਬੱਚਾ ਬੇਗੁਨਾਹ, ਸਾਡਾ ਬੱਚੇ ਦਾ ਕੋਈ ਕਸੂਰ ਨਹੀਂ, ਇਹਨਾਂ ਸਾਡਾ ਬੱਚਾ ਬੜਾ ਜ਼ੁਲਮ ਕਰ ਕਰਕੇ ਮਾਰਿਆ, ਅਸੀਂ ਵੀ ਇਵੇਂ ਹੀ ਕਹਿੰਦੇ ਹਾਂ ਜੀ, ਜਿਵੇਂ ਜਿੱਦਾਂ ਸਾਡਾ ਮਾਰਿਆ ਨੇ ਇਹ ਵੀ ਇਵੇਂ ਹੀ ਮਰਨ, ਇਹ ਸਾਰੀ ਜ਼ਿੰਦਗੀ ਵੀ ਨਾ ਬਾਹਰ ਜਾਣ, ਜੇ ਅਸੀਂ ਤਾਂ ਇਹਨਾਂ ਨੂੰ ਵੇਖ ਲੈਂਦੇ ਹਾਂ ਸਾਡੇ ਤੋਂ, ਸਾਡੀ ਤਾਂ ਬਰਦਾਸ਼ਤ ਹੀ ਬਾਹਰ ਹੋ ਜਾਂਦਾ।